ਮਾਮਲਾ ਸਾਰਾ ਕਵਰ ਹੈ। ਹਾਂਜੀ ਜੇ ਗੱਲ ਕਰੀਏ 2014 ਦੇ ਕੱਪ ਦੀ, 2014 ਦੇ ਵਿੱਚ ਮੇਰਾ ਖਿਆਲ ਉਸ ਤੋਂ ਪਹਿਲਾਂ ਟੀਮ ਨਹੀਂ ਗਈ। ਉਸ ਤੋਂ ਬਾਅਦ ਕੱਪ ਹੀ ਨਹੀਂ ਹੋਇਆ, ਕੱਪ ਹੋਇਆ ਉਸ ਤੋਂ ਪਹਿਲਾਂ ਇੱਕ ਜਾਂ ਦੋ, 16 ਤੱਕ ਕੱਪ ਹੁੰਦੇ ਰਹੇ। ਜਿਹੜਾ 14 ਦਾ ਤੁਹਾਡਾ ਤੁਸੀਂ ਖੇਡਿਆ ਸੀ ਉਹ ਮੈਚ ਫਾਈਨਲ ਜਿੱਥੇ ਰੌਲਾ ਪੈ ਗਿਆ ਸੀ, ਕਾਫੀ ਦੇਰ ਉਹ ਦਰਸ਼ਕਾਂ ਦਾ ਅੱਜ ਭੁਲੇਖਾ ਕੱਢਣਾ, ਕਾਫੀ ਚਿਰ ਉੱਥੇ ਕਹਿੰਦੇ ਰਹੇ ਕਿ ਧੱਕਾ ਹੋਇਆ ਪਾਕਿਸਤਾਨ ਦੀ ਟੀਮ ਨਾਲ। ਤੁਸੀਂ ਉਹ ਮੈਚ ਖੇਡਿਆ ਸੀ ਫਾਈਨਲ, ਤੁਹਾਨੂੰ ਮੇਰਾ ਲਾਸਟ ਜੱਫਾ ਲੱਗਾ ਸੀ ਉਦੋਂ, ਤੇ ਉਹ ਜਿਹੜਾ ਮੈਚ ਤੁਸੀਂ ਖੇਡਿਆ ਸੀ ਪਾਕਿਸਤਾਨ ਤੇ ਇੰਡੀਆ ਦਾ ਮੈਚ ਖੇਡਿਆ, ਬੜਾ ਜ਼ਬਰਦਸਤ ਬਰਾਬਰ ਮੈਚ ਚੱਲਦਾ ਸੀ। ਮੇਰਾ ਖਿਆਲ ਉਹੋ ਜਿਹਾ ਮੈਚ ਜਿੰਨੇ ਵੀ ਕੱਪ ਹੋਏ ਕੋਈ ਹੋਇਆ ਨਹੀਂ ਉਹੋ ਜਿਹਾ ਮੈਚ। ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਉਹਦੇ 'ਚ ਤੁਹਾਡੇ ਨਾਲ ਧੱਕਾ ਹੋਇਆ ਕਿ ਉਸ ਮੈਚ ਦੇ ਵਿੱਚ। ਉਹਦੇ ਜਿਹੜਾ 2014 ਵਾਲਾ ਕੱਪ ਭਾਜੀ ਹੋਇਆ ਨਾ, ਉਹ ਇੱਕ ਹਿਸਟਰੀ ਮੈਚ ਹੋਇਆ ਜਿਹਨੂੰ ਤੁਸੀਂ ਕਹਿ ਲਓ ਕਿ ਉਹ ਬਹੁਤ ਚਿਰ ਯਾਦ ਰੱਖਿਆ ਜਾ ਸਕਦਾ ਕਿ ਯਾਰ ਉਹ ਮੈਚ ਕਿੰਨੇ ਤੱਕ ਯਾਦ ਰਹੂਗਾ ਕੱਪ ਚੱਲਦਾ ਰਿਹਾ ਮੈਚ। ਧੱਕਾ ਭਾਜੀ ਇੱਦਾਂ ਕਿ ਮੇਰੇ ਦੇਖਣ 'ਚ ਮੈਂ ਤਾਂ ਦੇਖਿਆ ਕਿ ਕੋਈ ਧੱਕਾ ਨਹੀਂ ਹੋਇਆ, ਕਿਉਂਕਿ ਮੈਂ 4-5 ਸਾਲ ਉੱਥੇ ਜਾਂਦਾ ਰਿਹਾ, ਇੱਥੇ ਬਾਹਰ ਵੀ ਆਣ ਕੇ ਖੇਡਦੇ ਅਤੇ ਕੋਈ ਨਹੀਂ, ਮੈਂ ਤਾਂ ਇਸ਼ੂ ਕੋਈ ਨਹੀਂ ਦੇਖਿਆ ਉੱਥੇ। ਤੁਸੀਂ 40 ਮਿੰਟ ਦਾ ਮੈਚ ਹੁੰਦਾ ਸਰਕਲ, ਕਬੱਡੀ 40 ਮਿੰਟ ਹੁੰਦੀ ਹੈ, ਤੁਸੀਂ ਪੁਆਇੰਟ ਨੋਟ ਕਰੋ ਵੀ ਸਾਡੇ ਪੁਆਇੰਟ ਕਿੰਨੇ ਆ। ਉਹਨਾਂ ਦੇ ਪੁਆਇੰਟ ਸੀ ਗਾਲਬਨ 44 ਸੀਗੇ, ਸਾਡੇ 41 ਸੀਗੇ ਤੇ ਇੱਕ ਟੀਮ ਦੇ ਹਿੱਸੇ 40 ਮਿੰਟਾਂ 'ਚ ਕਿੰਨੀਆਂ ਕਬੱਡੀਆਂ ਆਉਣਗੀਆਂ। ਜੇ ਅਗਰ ਉਹਨਾਂ ਨੇ ਸਾਨੂੰ ਟਾਈਮ ਥੋੜ੍ਹਾ ਦਿੱਤਾ ਵਾ ਫਿਰ ਕਬੱਡੀਆਂ ਥੋੜ੍ਹੀਆਂ ਹੋਣੀਆਂ ਚਾਹੀਦੀਆਂ। ਹੁਣ ਜਿਹੜਾ ਆਪਾਂ ਪਿਛਲੇ ਮੈਚ ਦੀ ਵੀ ਗੱਲ ਕਰੀਏ, ਤੁਹਾਡੇ ਸੀਗੇ 44 ਤੇ ਦੂਸਰੀ ਟੀਮ ਦੇ ਸੀਗੇ 46, ਹਾਂਜੀ, ਜਿਹੜਾ ਤੁਸੀਂ ਹਰੇ ਹੋ। ਸੋ ਇਰਦ ਗਿਰਦ ਹੀ ਘੁੰਮਦੇ ਆ ਤੁਸੀਂ 45 ਨੰਬਰਾਂ ਦੇ, ਕਈ ਵਾਰੀ ਜ਼ਿਆਦਾ ਤੇਜ਼ ਚੱਲਦਾ 49 ਨੰਬਰ, ਜ਼ਿਆਦਾ ਫਾਸਟ ਮੈਚ ਚੱਲਦਾ, ਕਈ ਵਾਰੀ ਛੂ ਟੱਚ ਗਿਆ 10 ਸਕਿੰਟਾਂ 'ਚ ਵਾਪਸ ਰਹੇ, ਇੱਦਾਂ ਹੀ ਤਾਂ ਹੀ ਫਿਰ ਉਹ ਅਗਰ ਜੇ ਤੇ ਹੁਣ 30 ਸਕਿੰਟਾਂ ਦੀ ਕਬੱਡੀ ਪੂਰੀ ਫਿਰ ਤੇ 80 ਪੁਆਇੰਟ ਹੋਣੇ ਚਾਹੀਦੇ, 40 ਉਸ ਟੀਮ ਦੇ ਹੋਣ, 40 ਉਸ ਦੇ ਹੋਣ। ਤੇ ਜੇ ਅਗਰ ਮੈਂ ਕਬੱਡੀ ਪਾਉਣ ਗਿਆ ਵਾ, ਮੈਂ ਕਿਸੇ ਟਾਈਮ ਮੁੜ ਕੇ ਆਉਂਦਾ 28 ਸਕਿੰਟਾਂ, ਇੱਕ ਡੇਢ ਰੁਪਏ ਨਾਲ ਤੇਜ਼ ਆ ਉਹਦੀ ਗੇਮ ਹੀ ਤੇਜ਼ ਆ, ਉਹ 20 ਸਕਿੰਟਾਂ 'ਚ ਵੀ ਮੁੜ ਕੇ ਆ ਜਾਂਦਾ ਵਾ, ਉਹ 10 ਸਕਿੰਟੇ ਤਾਂ ਉਹ 1-2-3 ਪੁਆਇੰਟ ਉੱਧਰ ਉੱਤੇ ਹੋ ਗਿਆ 2-3, ਇੰਨਾ ਕੁ ਤਾਂ ਚੱਲਦਾ ਜੀ। ਅਤੇ ਜੇ ਜ਼ਿਆਦਾ ਬੰਦਾ ਕਹੇ ਜੀ ਇਹਨਾਂ ਸਾਨੂੰ ਟਾਈਮ ਘੱਟ ਦਿੱਤਾ ਵਾ, ਜੇ ਟਾਈਮ ਘੱਟ ਦਿੱਤਾ ਸੀ ਟੀਮ ਨੂੰ ਤਾਂ ਫਿਰ ਪੁਆਇੰਟ ਵੀ ਤਾਂ ਘੱਟ ਹੋਣੇ ਚਾਹੀਦੇ ਸੀ, 35 ਹੋਣੇ ਚਾਹੀਦੇ ਸੀ ਜਾਂ 30 ਹੁੰਦੇ, 30-35 ਹੁੰਦੇ। ਤੇ ਮੇਰੇ ਦੇਖਣ 'ਚ ਤਾਂ ਕੋਈ ਨਹੀਂ, ਮੈਂ ਸੋ ਉਤਾਰ ਚੜਾਅ ਜਿਹੜਾ ਇਹ ਜਿੱਤਣਾ ਤੇ ਹਾਰਨਾ ਇੱਕ ਜਿਹੜਾ ਕਬੱਡੀ ਦਾ ਹਿੱਸਾ ਆ, ਇਹਦੇ ਵਿੱਚ ਤੁਸੀਂ ਜਿੱਤਦੇ ਵੀ ਹੋ ਹਾਰਦੇ ਵੀ ਹੋ, ਔਰ ਜਿਹੜੀ ਕਬੱਡੀ ਉਹਦਾ ਇੱਕ ਹਿੱਸਾ ਆ, ਜੱਫਾ ਲੱਗ ਜਾਣਾ ਜਾਂ ਨੰਬਰ ਲੈ ਕੇ ਆ ਜਾਣਾ, ਇਹ ਵੀ ਇੱਕ ਕਬੱਡੀ ਦਾ ਹਿੱਸਾ ਆ। ਇਹ 'ਚ ਕੋਈ ਉਹ ਨਹੀਂ ਹੈਗਾ ਕਿ ਮੈਂ ਜੱਫੇ ਖਾ ਲਿਆ ਜਾਂ ਮੈਂ ਰੇਡਰ ਨਹੀਂ ਹੈਗਾ, ਮੈਨੂੰ ਜੀ ਰੇਡ ਨਹੀਂ ਪਾਉਣ ਦਿੱਤੀ, ਮੋਹਲੇ ਬੰਦੇ ਨੇ ਮੈਨੂੰ ਫੜ ਲਿਆ, ਇਹ ਤਾਂ ਇੱਕ ਹਿੱਸਾ ਕਬੱਡੀ ਦਾ। ਜਦੋਂ ਤੁਸੀਂ ਸੁਪਰ ਸਟਾਰਾਂ ਨਾਲ ਖੇਡਦੇ ਆ, ਇੱਟ ਹੈਪਨ, ਇੱਦਾਂ ਦੇ ਜਿਹੜੇ ਹੈਪਨਸ ਹੁੰਦੇ ਰਹਿੰਦੇ, ਕੋਈ ਫੜ ਲੈਂਦਾ, ਕੋਈ ਨਿਕਲ ਆਉਂਦਾ, ਕੋਈ ਹਾਰ ਜਾਂਦਾ, ਕੋਈ ਜਿੱਤ ਜਾਂਦਾ, ਇੱਕ ਨੇ ਜਿੱਤਣਾ ਆਖਰ ਤੇ। ਇੱਕ ਮੇਰਾ ਕੁਐਸਚਨ ਆ, ਆਵਾਮ ਦਾ ਵੀ ਕੁਐਸਚਨ ਹੈ, ਪਾਕਿਸਤਾਨ ਤੋਂ ਪਲੇਅਰਾਂ ਦੇ ਜ਼ਿਆਦਾ ਵੀਜ਼ੇ ਨਹੀਂ ਲੱਗਦੇ, ਕੀ ਕਾਰਨ, ਕੀ ਸਮਝਦੇ ਹੋ ਤੁਸੀਂ, ਕੀ ਕਾਰਨ? ਇਹਦਾ ਤੇ ਮੈਨੂੰ ਵੀ ਬਾਜੀ ਸਮਝ ਨਹੀਂ ਆ ਰਹੀ ਕਿ ਕਿਉਂ ਵੀਜ਼ੇ ਨਹੀਂ ਲੱਗ ਰਹੇ ਯਾਰ, ਕਿ ਵੀ ਸਾਡੇ ਤਕਰੀਬਨ 8-9 ਪਲੇਅਰਾਂ ਨੇ ਵੀਜ਼ੇ ਅਪਲਾਈ ਸੀਗੇ, ਤਕਰੀਬਨ 4 ਪਲੇਅਰਾਂ ਦੇ ਤਾਂ ਵੀਜ਼ੇ ਨੋ ਹੋ ਗਏ ਆ, ਬਾਕੀਆਂ ਦਾ ਨਹੀਂ ਮੈਨੂੰ ਪਤਾ ਕਿ ਅਜੇ ਵੇਟਿੰਗ 'ਚ ਪਏ ਆ, ਲੱਗਦੇ ਜਾਂ ਨਹੀਂ ਲੱਗਦੇ। ਅਤੇ ਬਸ ਇਹ ਗੌਰਮੈਂਟ ਦੇ ਮਾਮਲਾ ਦਾ ਜੀ ਇੱਦਾਂ ਦਾ,
ਮੈਂ ਤਾਂ ਕੁਛ ਨਹੀਂ ਕਹਿ ਸਕਦਾ। ਜੇ ਤੁਸੀਂ ਖੇਡਦੇ ਹੋ ਕਬੱਡੀ, ਤੁਹਾਨੂੰ ਸਭ ਤੋਂ ਟਫ ਕਬੱਡੀ ਕਿੱਥੇ ਦੀ ਲੱਗਦੀ ਹੈ? ਤੁਸੀਂ ਇੰਗਲੈਂਡ ਵੀ ਬੜਾ ਜ਼ਬਰਦਸਤ ਖੇਡੇ ਹੋ, ਬੜੇ ਸੁਪਰਸਟਾਰ ਪਲੇਅਰਾਂ ਨਾਲ ਖੇਡੇ ਹੋ, ਪਾਕਿਸਤਾਨ ਵੀ ਖੇਡਦੇ ਰਹਿੰਦੇ ਹੋ, ਇੰਡੀਆ ਵੀ ਤੁਸੀਂ ਕੱਪ 'ਤੇ ਜਾਂਦੇ ਰਹਿੰਦੇ ਹੋ, ਟੀਮ ਬਣਾਈ, ਲੀਗ 'ਚ ਵੀ ਮੇਰਾ ਗੱਲ ਖੇਡੇ ਸੀ ਤੁਸੀਂ, ਕਨੇਡਾ ਹੁਣ ਤੁਸੀਂ ਸੀਜ਼ਨ ਦੂਸਰਾ ਖੇਡ ਰਹੇ ਹੋ, ਕਿੱਥੇ ਲੱਗਦੀ ਹੈ ਤੁਹਾਨੂੰ ਟਫ ਕਬੱਡੀ? ਕਬੱਡੀ ਜਦੋਂ ਅਸੀਂ ਭਾਜੀ ਮੈਂ ਛੋਟਾ ਹੁੰਦਾ ਸੀ ਨਾ, ਮੈਂ ਉਦੋਂ ਵੀ ਮੂਵੀ 'ਤੇ ਕਨੇਡਾ ਦੀ ਕਬੱਡੀ ਫਾਲੋ ਕਰਦਾ ਸੀ, ਆਪਣੇ ਮੈਟ 'ਤੇ ਕੱਪ ਹੁੰਦਾ ਹੁੰਦਾ ਸੀ ਜੀ ਬਿਲਕੁਲ ਟੋਰਾਂਟੋ ਵਾਲਾ, ਅਤੇ ਉਦੋਂ ਨਾ ਤਾਂ ਮੋਬਾਈਲ ਹੁੰਦਾ ਸੀ ਸਾਡੇ ਕੋਲ, ਬਾਲ ਸਾਹਿਬ ਸਾਡੇ ਸੀ ਉਹ ਬਹੁਤ ਜਾਣੀ ਸਖ਼ਤ ਸੁਭਾਅ ਦੇ ਸੀਗੇ, ਟੀ ਵੀ ਨਹੀਂ ਸੀ ਉਹਨਾਂ ਰੱਖਣ ਦਿੱਤਾ ਸਾਨੂੰ, ਬਹੁਤ ਜਦੋਂ ਅਸੀਂ ਮੁਕੰਮਲ ਅੰਦਰ ਬਾਹਰ ਖੇਡਣ ਜਾਣ ਲੱਗ ਗਏ ਫਿਰ ਉਹਨਾਂ ਸਾਨੂੰ ਐਲ ਸੀ ਡੀਆਂ ਹੁੰਦੀਆਂ ਸੀਗੀਆਂ ਪਹਿਲੇ, ਡੀ ਵੀ ਡੀ ਹੋਣੀ ਆ ਉਹਨਾਂ 'ਚ, ਫਿਰ ਅਸੀਂ ਉਹ ਸੀ ਡੀਆਂ ਲੈਣੀਆਂ, ਉਹ ਲਾ ਕੇ ਦੇਖਣੀਆਂ ਵੀ ਕਿਹੜਾ ਪਲੇਅਰ ਕਿੱਦਾਂ ਦਾ ਖੇਡਣ ਲਿਆ, ਕਿੱਥੇ ਕਬੱਡੀ ਹੋ ਰਹੀ। ਉਦੋਂ ਵੀ ਸ਼ੁਰੂ ਤੋਂ ਮੈਂ ਕਨੇਡਾ ਦੀ ਕਬੱਡੀ ਦੇਖੀ ਆ, ਬਹੁਤ ਟਫ ਆ, ਅਤੇ ਪਲੇਅਰ ਦੇਖਣੇ ਬਾਈ ਲੱਖੇ ਦੀ ਗੇਮ ਦੇਖਦੇ ਹੁੰਦੇ ਸੀ, ਤੁਹਾਡੀ ਵੀ ਗੇਮ ਦੇਖਦੇ ਰਹੇ ਉਦੋਂ, ਕਾਫੀ ਹੋਰ ਆਪਣੇ ਜਿੰਨੇ ਵੀ ਸਾਡੇ ਤੋਂ ਸੀਨੀਅਰ ਪਲੇਅਰ, ਅਤੇ ਬੜੀ ਤਕੜੀ, ਹਾਂਜੀ ਬੜੀ ਤਕੜੀ ਕਬੱਡੀ ਹੁੰਦੀ ਕਨੇਡਾ, ਪੂਰੀ ਦੁਨੀਆਂ ਨਾਲੋਂ ਕਬੱਡੀ ਜ਼ਿਆਦਾ ਖੇਡੀ ਵੀ ਇੱਥੇ ਜਾਂਦੀ ਹੈ, ਅਤੇ ਕਬੱਡੀ ਪਲੇਅਰ ਵੀ ਤਕਰੀਬਨ ਸਾਰੇ ਟਾਪ ਤੋਂ ਟਾਪ ਜਿਹੜੇ ਆ ਇੱਥੇ ਆਉਂਦੇ ਆ। ਬਿਲਕੁਲ ਜੀ, ਕੈਨੇਡਾ ਦੀ ਕਬੱਡੀ ਇਹੋ ਜਿਹੀ ਆ, ਕੈਨੇਡਾ ਦੇ ਵਿੱਚ ਡ੍ਰੀਮ ਹੈ ਪਲੇਅਰਾਂ ਦਾ ਖੇਡਣਾ ਕਿ ਕੈਨੇਡਾ ਦੀ ਕਬੱਡੀ 'ਚ ਜਾ ਕੇ ਅਸੀਂ ਵੀ ਕਬੱਡੀ ਦਾ ਹਿੱਸਾ ਬਣੀਏ, ਅਤੇ ਜਦੋਂ ਕਬੱਡੀ ਖੇਡਣ ਆਉਂਦੇ ਆ ਫਿਰ ਕੈਨੇਡਾ ਦੀ ਕਬੱਡੀ ਉਹਨਾਂ ਨੂੰ ਲੱਗਦਾ ਕਿ ਯੈਸ ਇਟ ਇਜ਼ ਟਫ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਸਾਨੂੰ ਵੀ ਕੈਨੇਡਾ ਦੀ ਕਬੱਡੀ ਟਫ ਲੱਗਦੀ ਹੁੰਦੀ ਜਦੋਂ ਅਸੀਂ ਆਏ ਸੀ ਪਹਿਲਾਂ ਖੇਡਣ ਲਈ ਇੱਥੇ। ਲਾਲੀ ਜੀ ਜੀ ਗੱਲ ਕਰੀਏ ਤੁਹਾਡੇ ਤੁਹਾਡੇ ਕਬੱਡੀ ਕੈਰੀਅਰ ਦੀ, ਤੁਹਾਨੂੰ ਜਦੋਂ ਤੁਸੀਂ ਸ਼ੁਰੂ ਕੀਤੀ ਆ ਤੁਹਾਡੇ ਆਈਡਲਸ ਕੌਣ ਹੁੰਦੇ ਸੀ, ਤੁਸੀਂ ਲੱਗਦਾ ਕਿ ਯਾਰ ਅਸੀਂ ਇੱਦਾਂ ਦੇ ਬਣਨਾ ਚਾਹੁੰਦੇ ਹਾਂ, ਤੁਹਾਨੂੰ ਕਿਹੜੇ ਲੱਗਦੇ ਹੁੰਦੇ ਸੀ ਪਾਕਿਸਤਾਨ ਦੇ ਪਲੇਅਰ ਜਾਂ ਇੰਡੀਆ ਦੇ ਪਲੇਅਰ, ਕਿਹੜੇ ਤੁਹਾਨੂੰ ਇੱਦਾਂ ਦੇ ਲੱਗਦੇ ਹੁੰਦੇ ਸੀ ਕਿ ਯਾਰ ਅਸੀਂ ਵੀ ਇੱਦਾਂ ਦਾ ਬਣਨਾ ਚਾਹੁੰਦੇ ਹਾਂ? ਮੈਂ ਭਾਜੀ ਜਿਹੜੇ ਜਦੋਂ ਸੀ ਡੀ ਲਾਉਣ ਕੇ ਦੇਖਦਾ ਹੁੰਦਾ ਸੀ ਨਾ, ਉਦੋਂ ਮੈਂ ਸੋਚਦਾ ਸੀ ਯਾਰ ਮੈਂ ਮਿਹਨਤ ਇੰਨੀ ਕਰਨੀ ਆ ਵੀ ਯਾਰ ਮੈਂ ਇਹ ਜਿਹੜਾ ਪਲੇਅਰ ਟਾਪ ਖੇਡਣ ਲਿਆ ਨਾ, ਮੈਂ ਵੀ ਇਹਦੇ ਤਰ੍ਹਾਂ ਕਬੱਡੀਆਂ ਪਾਉਣੀ, ਅਤੇ ਲੇਕਿਨ ਮੈਂ ਇਹ ਕਦੀ ਨਹੀਂ ਸੋਚਿਆ ਵੀ ਮੈਂ ਕਨੇਡਾ ਜਾ ਕੇ ਵੀ ਖੇਡੂੰਗਾ ਜਾਂ ਮੈਂ ਇੰਗਲੈਂਡ ਜਾ ਕੇ ਖੇਡੂੰਗਾ ਜਾਂ, ਅਤੇ ਸਿਰਫ ਇਹ ਹੀ ਜ਼ਿਹਨ 'ਚ ਹੁੰਦਾ ਸੀ ਕਿ ਮਿਹਨਤ ਚੰਗੀ ਤੋਂ ਚੰਗੀ ਮਿਹਨਤ ਕਰੋ, ਆਪਣੀ ਮਿਹਨਤ ਨੂੰ ਕਬੱਡੀ ਨੂੰ ਟਾਈਮ ਦਿਓ ਪੂਰਾ, ਬਾਕੀ ਜਿੱਥੇ ਜੋ ਨਸੀਬਾਂ ਦਾ ਆਪੇ ਮਿਲ ਜਾਏਗਾ। ਪਰ ਤੁਹਾਨੂੰ ਕੀ ਲੱਗਦਾ ਹੁੰਦਾ ਸੀ ਕਿਹੜੇ ਪਲੇਅਰ ਮੈਨੂੰ ਇਦਾਂ ਦੇ ਲੱਗਦੇ ਵੀ ਮੇਰੇ ਦਿਲ ਦੇ ਕਲੋਜ਼ ਆ, ਤੁਹਾਡੇ ਫੇਵਰਟ ਪਲੇਅਰ ਕਿਹੜੇ ਸੀ? ਸਭ ਤੋਂ ਪਹਿਲੇ ਮੈਂ ਭਾਈ ਲੱਖੇ ਨੂੰ ਦੇਖਦਾ ਹੁੰਦਾ ਸੀ, ਉਹ ਵੀ ਮੇਰੇ ਫੇਵਰਟ ਕਾਫੀ, ਅਤੇ ਆਪਣਾ ਜਾਫੀਆਂ ਦੇ ਸੀਗਾ ਮੁਹੰਮਦ, ਆਪਣਾ ਲਤੀਫ ਜਿਹਨੂੰ ਮੀਕਾ ਕਹਿੰਦੇ, ਉਹਨਾਂ ਨੂੰ ਮੈਂ ਸ਼ੁਰੂ ਤੋਂ ਬਹੁਤ ਲਾਈਕ ਕਰਦਾ ਕਿਉਂਕਿ ਉਹਨਾਂ ਦੀ ਜਿਹੜੀ ਲੱਗਣ ਦੀ ਟਾਈਮਿੰਗ ਸੀਗੀ ਨਾ ਉਹ ਬਹੁਤ ਫਾਸਟ ਸੀਗੀ, ਪ੍ਰੈਸ ਨਹੀਂ ਵੱਜਦੀ ਉਹਨਾਂ ਨੂੰ, ਅਤੇ ਖੱਬੀ ਕੰਨੀ ਤੋਂ ਜਦੋਂ ਵੀ ਖਲੋ ਕੇ ਲੱਗਦੇ ਸੀ ਨਾ ਰੇਡਰ ਨੂੰ, ਜਿੱਡਾ ਮਰਜ਼ੀ ਤਕੜਾ ਰੇਡਰ ਸੀ ਤਕਰੀਬਨ 100% ਜੱਫਾ ਹੁੰਦਾ ਸੀ ਉਹਨਾਂ ਦਾ, ਅਤੇ ਇਸ ਕਰਕੇ ਉਹਨਾਂ ਨੂੰ ਮੈਂ ਲਾਈਕ ਕਰਦਾ ਜ਼ਿਆਦਾ, ਅਤੇ ਹੁਣ ਵੀ ਤੁਹਾਨੂੰ ਖੇਡਣ ਦਾ ਮੌਕਾ ਇਸ ਸਾਲ ਮਿਲਿਆ ਉਹਦੇ ਨਾਲ, ਅਤੇ ਬਹੁਤ ਵਧੀਆ ਤੁਹਾਨੂੰ ਫੀਲ ਹੁੰਦਾ ਹੋਣਾ ਜਦੋਂ ਖੇਡੇ ਹਾਂ ਤੁਸੀਂ? ਹਾਂਜੀ, ਮੈਂ ਉਹਨੂੰ ਮੈਚ ਖੇਡ ਕੇ ਬਾਅਦ 'ਚ ਵੀ ਦੱਸਿਆ ਕਿ ਮੈਂ ਤੈਨੂੰ ਬਚਪਨ ਤੋਂ ਫਾਲੋ ਕਰਦਾ ਪਸੰਦ ਕਰਦਾ, ਫਿਰ ਭਾਈ ਮੰਗੇ ਆ ਆਪਣੇ, ਉਹ ਵੀ ਬੜੇ ਚੰਗੇ ਪਲੇਅਰ ਆ, ਸੁਭਾਅ ਵੀ ਉਹਨਾਂ ਦਾ ਬੜਾ ਚੰਗਾ ਵਾ, ਅਤੇ ਟੈਕਨੀਕ ਵੀ ਬੜੀ, ਜਦੋਂ ਇਹੋ ਜਿਹੇ ਪਲੇਅਰ ਨੂੰ ਤੁਸੀਂ ਮਿਲਦੇ ਹੋ ਔਰ ਉਹਨਾਂ ਦੇ ਨਾਲ ਤੁਹਾਨੂੰ ਖੇਡਣ ਦਾ ਮੌਕਾ ਮਿਲਦਾ, ਲਾਲਾ ਜੀ ਜਦੋਂ ਤੁਸੀਂ ਹੁਣ ਇੱਥੇ ਵੀ ਖੇਡਦੇ ਹੋ, ਇੰਡੀਆ ਵੀ ਖੇਡਦੇ ਰਹਿੰਦੇ ਹੋ, ਪਾਕਿਸਤਾਨ ਵੀ ਖੇਡਦੇ ਹੋ, ਇੰਗਲੈਂਡ ਵੀ ਬੜਾ ਜ਼ਬਰਦਸਤ ਖੇਡੇ ਹੋ, ਕਬੱਡੀ ਮਾਂ ਖੇਡ ਅਸੀਂ ਕਹਿੰਦੇ ਹਾਂ, ਸਾਡੇ ਦੋਨਾਂ ਜਿਹੜੇ ਮੁਲਕਾਂ ਦੀ ਇਹ ਮਾਂ ਖੇਡ ਆ, ਔਰ ਬੜੇ ਪਲੇਅਰ ਇਹਦੇ ਨਾਲ ਚੀਟ ਕਰਦੇ ਨੇ ਕਬੱਡੀ ਨਾਲ, ਚੀਟ ਤੋਂ ਭਾਵ ਗਰੀਸ,
ਜਾਂ ਪਾਣੀ ਲਾ ਕੇ ਜਾਂ ਗਰੀਸ ਲਾ ਕੇ ਖੇਡਦੇ ਨੇ। ਤੁਹਾਡੇ ਪਾਕਿਸਤਾਨ 'ਚ ਵੀ ਬਹੁਤ ਜ਼ਿਆਦਾ ਬਾਮ ਚੱਲ ਰਹੇ, ਇਹ ਕਹਿਣਾ ਚਾਹੁੰਦੇ ਇਹਦੇ ਬਾਰੇ? ਬਹੁਤ ਗਲਤ ਗੱਲ ਹੈ ਭਾਅ ਜੀ, ਮੈਂ ਵੀ ਰੇਡਰ ਹਾਂ, ਮੈਨੂੰ ਵੀ ਨਹੀਂ ਲਾਉਣੀ ਚਾਹੀਦੀ। ਜਦੋਂ ਇਸ ਤਰ੍ਹਾਂ ਵਾ ਕਿ ਜਦੋਂ ਇੱਕ ਬੰਦਾ ਨਹੀਂ ਲਾਉਣੋ ਹਟਦਾ, ਫਿਰ ਦੂਜੇ ਬੰਦੇ ਵੇਖੋ ਵੇਖੀ ਲਾਉਣ ਲੱਗ ਪੈਂਦੇ ਆ। ਇਹ ਰੋਕ ਸਕਦੇ ਆ ਜਾਂ ਫੈਡਰੇਸ਼ਨ ਬਾਮ ਨੂੰ ਰੋਕ ਸਕਦੀਆਂ ਵਾ, ਪਲੇਅਰ ਨਹੀਂ ਰੋਕ ਸਕਦੇ। ਅਗਰ ਤੁਸੀਂ ਫੈਡਰੇਸ਼ਨ ਮੈਨੂੰ ਕਹੇਗੀ ਜਾਂ ਕਲੱਬ ਮੇਰੀ ਕਹੇਗੀ ਤੂੰ ਬਾਮ ਨਹੀਂ ਲਾਉਣੀ, ਮੈਂ ਨਹੀਂ ਲਾਵਾਂਗਾ। ਜਦੋਂ ਉਹਨਾਂ ਮੈਨੂੰ ਫੈਡਰੇਸ਼ਨ ਨੇ ਕਹਿਣਾ ਵੀ ਚਲੋ ਕੋਈ ਨਹੀਂ, ਇੰਨਾ ਕੁ ਚੱਲਦਾ ਹੀ ਆ, ਚਲੇ ਜਾਂਦੇ। ਮੈਂ ਬੜੀ ਦਫ਼ਾ ਇਹ ਗੱਲ ਅਜ਼ਮਾਈ ਆ, ਬਾਕੀਆਂ ਰੇਡਰਾਂ ਦਾ ਤਾਂ ਨਹੀਂ ਪਤਾ, ਬੰਦੇ ਨੂੰ ਆਪਣੇ ਦੇ ਅਜ਼ਮਾਉਣਾ ਚਾਹੀਦੀ ਗੱਲ। ਮੈਂ ਬਾਮ ਲਾ ਕੇ ਖੇਡਿਆ ਵਾਂ, ਮੈਨੂੰ ਤਾਂ ਵੀ ਉਹਨੇ ਪਾਕਿਸਤਾਨ 'ਚ ਤਾਂ ਵੀ ਉਹਨੇ ਜਪਿਆ, ਜੇ ਮੈਂ ਬਾਮ ਲਾ ਕੇ ਨਹੀਂ ਖੇਡਿਆ ਮੈਨੂੰ ਤਾਂ ਵੀ ਉਹਨੇ ਜਪਿਆ। ਮੇਰੇ ਹਿਸਾਬ ਨਾਲ ਦਿਲ ਦਾ ਵਹਿਮ ਹੈ ਇੱਕ, ਕਬੱਡੀ ਤੁਹਾਡੇ ਅੰਦਰ ਹੋਣੀ ਚਾਹੀਦੀ, ਕਬੱਡੀ ਜ਼ਬਰਦਸਤ ਤੁਹਾਡੀ ਤੁਹਾਡੀ ਮਿਹਨਤ ਤੁਹਾਡੀ ਰੰਗ ਲਿਆਉਂਦੀ, ਫਿਰ ਲਾਲਾ ਜੀ ਇਹੀ ਕਹਿ ਸਕਦੇ? ਬਿਲਕੁਲ ਇੱਦਾਂ ਹੀ। ਮੈਂ ਮੈਚ ਖੇਡਦੇ ਮੇਰੇ ਨਾਲ ਕਈ ਰੇਡਰ ਦੇਖੇ, ਉਹ ਪਾਣੀ ਲਾਉਣ ਲੱਗ ਜਾਂਦੇ ਆ, ਅਸੀਂ ਵੀ ਲਾਉਂਦੇ ਰਹੇ ਪਾਣੀ। ਦੇਖ ਨੂੰ ਹੌਲੀ ਹੌਲੀ ਨਾ ਆਪਣੇ ਦਿਮਾਗ ਨੂੰ ਦਿਲ ਨੂੰ ਸਮਝਾਇਆ ਯਾਰ ਇਹ ਆਪਣੇ ਆਪ ਨਾਲ ਧੋਖਾ, ਕਿਸੇ ਹੋਰ ਬੰਦੇ ਨਾਲ ਨਹੀਂ। ਜੇ ਮੈਂ ਫੜਿਆ ਜਾਣਾ ਵਾ, ਜੇ ਮੈਨੂੰ ਜਿੰਨਾ ਮਰਜ਼ਾ ਪਾਣੀ ਲੱਗਾ ਜਾਂ ਬਾਮ ਲੱਗੀ, ਮੈਂ ਤਾਂ ਵੀ ਫੜਿਆ ਜਾਣਾ। ਜੇ ਅਗਰ ਮੈਨੂੰ ਜੇ ਮੈਂ ਮਿਹਨਤ ਪੂਰੀ ਕੀਤੀ ਆ, ਜੇ ਮੇਰੇ ਕੁਛ ਹੈਗਾ ਵਾ, ਮੈਂ ਫਿਰ ਉਦਾਂ ਵੀ ਨਹੀਂ ਫੜਿਆ ਜਾਣਾ। ਬਿਲਕੁਲ ਸਹੀ ਗੱਲ ਹੈ, ਮਿਹਨਤ ਬਹੁਤ ਜ਼ਰੂਰੀ ਆ ਔਰ ਤੁਹਾਡੀ ਟੈਕਨੀਕ ਬੜੀ ਕਿਤੇ ਨਾ ਕਿਤੇ ਕੰਮ ਕਰਦੀ। ਟੈਕਨੀਕ ਵੈਸੇ ਹਮੇਸ਼ਾ ਹੀ ਕੰਮ ਕਰਦੀ ਆ, ਤੁਹਾਡੀ ਟੈਕਨੀਕ ਤੁਹਾਡਾ ਦਿਮਾਗ ਖਿਲਾਉਂਦਾ ਤੁਹਾਨੂੰ ਕਬੱਡੀ, ਅਸੀਂ ਵੀ ਖੇਡਦੇ ਰਹੇ ਹਾਂ। ਸਾਡੇ ਟਾਈਮ ਮੈਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ, ਲੱਖੇ ਭਾਈ ਨੇ ਪਾਣੀ ਲਾ ਲਿਆ ਸੀ ਬਾਲਾਂ ਨੂੰ, ਮੂੰਹ 'ਤੇ ਪਾਣੀ ਪਾ ਕੇ ਬਾਲਾਂ ਨੂੰ, ਭਾਈ ਨੂੰ ਖੇਡਣ ਨਹੀਂ ਦਿੱਤਾ ਸੀ, ਬਿਠਾ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਨਹੀਂ। ਉਦੋਂ ਫੈਡਰੇਸ਼ਨ ਦਾ ਰੂਲ ਬੜੇ ਸਟ੍ਰਿਕਟ ਸੀ। ਤੁਸੀਂ ਪਿਛਲੇ ਸਾਲ ਵੀ ਕੈਨੇਡਾ 'ਚ ਖੇਡ ਕੇ ਗਏ ਹੋ, ਇਸ ਸਾਲ ਵੀ ਕੈਨੇਡਾ 'ਚ ਖੇਡਦੇ ਹੋ, ਕੈਨੇਡਾ 'ਚ ਵੀ ਬਾਮ ਲੱਗਦੀ ਹੈ? ਸਾਡੇ ਦਰਸ਼ਕਾਂ ਨੂੰ ਦੱਸੋ। ਪਿਛਲੇ ਸਾਲ ਦੀ ਨਿਸਬਤ ਐਰਕੀ ਜ਼ਿਆਦਾ ਸਖਤੀ, ਐਰਕੀ ਨਹੀਂ ਲੱਗ ਰਹੀ ਬਾਮ, ਐਰਕੀ ਨਹੀਂ ਲੱਗ ਰਹੀ ਬਾਮ। ਤੇ ਪਿਛਲੇ ਸਾਲ ਵੈਨਕੂਵਰ ਜਿੰਨੀ ਕੁ ਤੁਸੀਂ ਕਹਿ ਲਓ ਉਨੀ ਜ਼ਿਆਦਾ ਲੱਗਦੀ ਸੀ ਬਾਮ, ਤੇ ਲੇਕਿਨ ਬਿਲਕੁਲ ਲਾ ਕੇ ਖੇਡੇ ਜੀ। ਜਦੋਂ ਮੈਨੂੰ ਹੁਣ ਯਾਦ ਨਹੀਂ ਕਿੰਨਾ ਨਾ ਮੈਚ ਸੀਗਾ ਸਾਡਾ, ਤੇ ਅਸੀਂ ਬਿਲਕੁਲ ਬਾਮ ਨਹੀਂ ਲਾ ਕੇ ਬੜੇ ਗਰਾਊਂਡ 'ਚ, ਤੇ ਭਾਈ ਖੁਸ਼ੀ ਗਿਆ ਰੇਡਰ ਨੂੰ ਚੈੱਕ ਕਰਨ, ਤੇ ਉਹਨੇ ਕਿਹਾ ਕਿ ਤੁਸੀਂ ਨਾ ਰੇਡਰ ਚੈੱਕ ਕਰਾਓ। ਉਹਨਾਂ ਕਿਹਾ ਭਾਈ ਅਸੀਂ ਨਹੀਂ ਚੈੱਕ ਕਰਾਉਣੇ, ਤੁਹਾਡੇ ਕੋਲ ਜਿੰਨੀ ਲੱਗਦੀ ਤੁਸੀਂ ਲਾ ਲਓ। ਉਸ ਤੋਂ ਬਾਅਦ ਆ ਫਿਰ ਬਾਮ ਇੱਥੇ ਸ਼ੁਰੂ ਹੋਈ, ਅਤੇ ਪਹਿਲੇ ਨਹੀਂ ਸੀ ਆਲਰੇਡੀ ਇੱਥੇ ਲੱਗ ਰਹੀ, ਨਾ ਇੱਥੇ ਲੱਗ ਰਹੀ ਸੀ ਨਾ ਟਰਾਂਟੋ ਲੱਗ ਰਹੀ। ਉਸ ਮੈਚ ਤੋਂ ਬਾਅਦ ਆ ਫਿਰ ਤਕਰੀਬਨ 5-6 ਮੇਲੇ ਸੀਗੇ, ਤਕਰੀਬਨ 8 ਮੈਚ ਹੋਏ ਇੱਥੇ ਟੂਰਨਾਮੈਂਟ, ਉਹਨਾਂ ਨੂੰ ਫਿਰ ਬਹੁਤ ਜ਼ਿਆਦਾ ਲੱਗੀ, ਬਹੁਤ ਜ਼ਿਆਦਾ ਲੱਗੀ ਹੈ ਜੀ ਰੋਕਣ ਵਾਲੇ ਦਿਨ ਸੀ। ਐਤਕੀ ਸਟ੍ਰਿਕਟ ਆ, ਐਤਕੀ ਰੋਕਦੇ ਆ, ਚੈੱਕ ਕਰਦੇ ਆ? ਬਿਲਕੁਲ ਐਤਕੀ ਚੈੱਕ ਕਰਦੇ ਆ, ਅਤੇ ਸਾਡੇ ਪਾਕਿਸਤਾਨ 'ਚ ਜਦੋਂ ਸਾਡੀ ਫੈਡਰੇਸ਼ਨ ਦੇ ਮੈਚ ਹੁੰਦੇ ਆ ਜੀ, ਉਹਨਾਂ ਦੇ ਸਾਨੂੰ ਗਰੀਸ ਤੇਲ ਕੋਈ ਵੀ ਚੀਜ਼ ਅਸੀਂ ਇੱਦਾਂ ਦੀ, ਤਾਂ ਬੜੀ ਦੂਰ ਦੀ ਗੱਲ ਆ, ਅਸੀਂ ਜਿਹੜਾ ਨਹਾ ਕੇ ਬੰਦਾ ਤੇਲ ਮਲ ਕੇ ਨਹਾ ਲੈਂਦਾ ਨਾ, ਉਹ ਵੀ ਲਾਉਣ ਦੀ ਇਜਾਜ਼ਤ ਨਹੀਂ ਹੁੰਦੀ। ਸਾਨੂੰ ਟਿਸ਼ੂ ਦੇ ਨਾਲ ਚੈੱਕ ਕੀਤਾ ਜਾਂਦਾ ਉੱਥੇ, ਰੇਡਰਾਂ ਨੂੰ ਟਿਸ਼ੂ ਦੇ ਨਾਲ ਚੈੱਕ ਕਰਦੇ, ਅਗਰ ਟਿਸ਼ੂ ਦੇ ਨਾਲ ਕੋਈ ਵੀ ਚੀਜ਼ ਲੱਗ ਰਹੀ ਆ ਉਹ ਰੇਡਰ ਬਾਹਰ, ਜਾਂ ਤਾਂ ਉਹ ਨਹਾ ਕੇ ਆਏਗਾ ਉਸੇ ਟਾਈਮ 3 ਪੁਆਇੰਟ ਵੀ ਉਸ ਟੀਮ ਦੇ ਖਿਲਾਫ, ਅਤੇ ਉਹ ਰੇਡਰ ਵੀ ਨਹਾ ਕੇ ਆਏਗਾ 5 ਮਿੰਟ ਵਾਸਤੇ ਬਾਹਰ। ਰੂਲ ਇਹੋ ਜਿਹਾ ਹੋਣਾ ਚਾਹੀਦਾ ਕਬੱਡੀ ਦੇ ਵਿੱਚ, ਸਾਡੀ ਵੀ ਕੋਸ਼ਿਸ਼ ਬਹੁਤ ਜ਼ਿਆਦਾ ਇਹੀ ਲੱਗੀ ਹੋਈ, ਸਾਡੀ ਵੀ ਕੋਸ਼ਿਸ਼ ਹੈ ਕਿ ਰੂਲ ਰੈਗੂਲੇਸ਼ਨ ਕਬੱਡੀ ਦੇ ਵਿੱਚ ਸੈੱਟ ਹੋਣਾ ਚਾਹੀਦਾ, ਖਾਸ ਕਰਕੇ ਜਿਹੜੇ ਸਟੋਪਰ ਆ ਉਹਨਾਂ ਦੀ ਤਾਂ ਲਾਈਫ ਹੀ ਬਹੁਤ ਜ਼ਿਆਦਾ ਲਾਲਾ ਜੀ ਘੱਟ ਰਹੀ ਹੈ। ਜੇ ਤੁਸੀਂ ਸਾਰੇ ਰੇਡਰਾਂ ਨੇ ਬਾਮ ਜਾਂ ਕੋਈ ਪਾਣੀ ਲਾ ਕੇ ਖੇਡਣਾ
ਤੇ ਉਹਦੇ ਵਿੱਚ ਫਿਰ ਜਿਹੜੇ ਜਾਫੀ ਆ ਉਹਨਾਂ ਦੀ ਏਜ ਘੱਟ ਰਹੀ ਆ, ਜਾਫੀਆਂ ਨੂੰ ਜਾਫੀ ਕੀ ਫੜਨਗੇ ਦੱਸੋ, ਕਿੱਥੋਂ ਫੜ ਲੈਣਗੇ ਬੰਦੇ ਨੂੰ ਜੇ ਇੰਨਾ ਮੁੜਕਾ ਵੀ ਆਇਆ ਹੋਇਆ। ਇਹ ਤਾਂ ਫੈਡਰੇਸ਼ਨਾਂ ਨੂੰ ਅਪੀਲ ਕਰ ਸਕਦੇ ਹਾਂ ਵੀ ਉਹ ਰੂਲ ਬਣਾਉਣਾ, ਇਹੋ ਜਿਹਾ ਸਟ੍ਰਿਕਟ ਰੂਲ ਹੋਣਾ ਚਾਹੀਦਾ ਸਾਰੀ ਦੁਨੀਆਂ ਦੇ ਵਿੱਚ, ਫੈਡਰੇਸ਼ਨਾਂ ਜਿੰਨੀਆਂ ਵੀ ਆਗੂ ਨੇ ਜਿੰਨੇ ਵੀ ਲੀਡਰਸ ਨੇ ਸਾਡੀਆਂ ਫੈਡਰੇਸ਼ਨਾਂ ਦੇ, ਉਹਨਾਂ ਨੂੰ ਰੂਲ ਬਣਾਉਣਾ ਚਾਹੀਦਾ, ਇੱਕ ਰਿਸਟ੍ਰਿਕਟ ਹੋ ਕੇ ਨਿਕਲੋ ਤਾਂ ਕਿ ਪਲੇਅਰ ਕੋਈ ਵੀ ਨਾ ਲਾ ਸਕੇ। ਸਾਡੇ ਟਾਈਮ ਨਹੀਂ ਲਾਉਂਦੇ ਸੀ, ਕੈਨੇਡਾ ਦੀ ਮੈਂ ਗੱਲ ਦੱਸਦਾ, ਕੈਨੇਡਾ 'ਚ ਤੁਸੀਂ ਪਾਣੀ ਵੀ ਨਹੀਂ ਪੀ ਸਕਦੇ ਸੀ ਅੰਦਰ, ਜ਼ਿਆਦਾਤਰ ਪਾਣੀ ਹੱਥਾਂ 'ਤੇ ਨਹੀਂ ਪਾ ਸਕਦੇ, ਜਦੋਂ ਪਾ ਲੈਂਦੇ ਸੀ ਤਾਂ ਰੈਫਰੀ ਨੂੰ ਸ਼ਿਕਾਇਤ। ਦੂਸਰਾ ਭਾਜੀ ਤੁਹਾਡੇ, ਹਾਂਜੀ, ਜਦੋਂ ਤੁਸੀਂ ਕਬੱਡੀ ਖੇਡਦੇ ਸੀਗੇ ਉਦੋਂ ਇੰਨਾ ਜ਼ਿਆਦਾ ਬਾਂਬ ਲਾਉਣ ਦਾ ਪਤਾ ਵੀ ਨਹੀਂ ਸੀ ਜੀ, ਬਿਲਕੁਲ। ਹੁਣ ਤੇ ਬਾਮਾ ਹੀ ਸਾਨੂੰ ਆਪ ਨਹੀਂ ਪਤਾ ਕਿੱਦਾਂ ਦੀ ਨਿਕਲ ਆਈਆਂ ਉਹਨਾਂ 'ਚੋਂ, ਕੋਈ ਤੇ ਉਹ ਕਿੰਨੀ ਦੋ ਤਿੰਨ ਬੰਬ ਮਿਕਸ ਕਰਕੇ ਲਾਉਂਦੇ ਆ, ਉਹ ਜਦੋਂ ਪਲੇਅਰ ਗਰਾਊਂਡ 'ਚ ਜਾ ਕੇ ਚੈੱਕ ਕਰਾਉਂਦੇ ਉਦੋਂ ਕੁਛ ਨਹੀਂ ਹੁੰਦਾ, ਪੰਜ ਮਿੰਟ ਬਾਅਦ ਦੇਖੋ ਤੇ ਉਹ ਚਮਕਣ ਡੇ ਹੁੰਦੇ ਸਾਰੇ। ਬਿਲਕੁਲ ਸਹੀ ਗੱਲ ਹੈ ਜੀ, ਜਿਹੜੇ ਦਰਸ਼ਕ ਦੇਖਦੇ ਆ ਕਬੱਡੀ ਨੂੰ ਇੰਨੇ ਨੇੜਿਓਂ ਦੇਖਦੇ ਨੇ, ਲਵ ਕਰਦੇ ਨੇ, ਪਿਆਰ ਕਰਦੇ ਨੇ। ਮੈਨੂੰ ਵੀ ਟੋਰਾਂਟੋ ਤੋਂ ਭਾਜੀ ਹੋਣਾ ਦਾ ਕੱਲ੍ਹ ਫੋਨ ਆਇਆ, ਉਹਨਾਂ ਨੇ ਇੱਕ ਵੀਡੀਓ ਦੇਖੀ ਸੀਗੀ, ਉਹ ਕਹਿੰਦੇ ਪਲੀਜ਼ ਗੱਲ ਕਰਿਓ ਪਾਣੀ ਨਾ ਪਾਓ ਗਰਾਊਂਡ ਦੇ ਵਿੱਚ, ਜਿਤਨੀ ਜਿਤਨੀ ਦੀ ਟੀਮ ਹਰ ਗਈ ਕੱਲ੍ਹ ਉਹ ਪਾਣੀ ਦੀਆਂ ਦੋ ਤਿੰਨ ਵੀਡੀਓ ਤੁਸੀਂ ਵੀ ਦੇਖੀ ਉਹਨੇ ਵਾਇਰਲ ਹੋਈਆਂ, ਬੰਦੇ ਪਾਣੀ ਪਾ ਰਹੇ ਨੇ ਆਪਣੇ ਸਰੀਰ ਦੇ। ਮੈਂ ਤਾਂ ਭਾਜੀ ਤੁਹਾਨੂੰ ਅੱਗੇ ਗੱਲ ਇਹ ਕੀਤੀ ਆ ਕਿ ਕਿਸੇ ਦਾ ਕੁਛ ਨਹੀਂ ਜਾਂਦਾ, ਇਹ ਆਪਣੇ ਮਨ ਨਾਲ ਧੋਖਾ ਕਰਨ ਵਾਲੀ ਗੱਲ ਹੈ। ਮੈਂ ਇੱਕ ਕਬੱਡੀ ਪਾਣੀ ਲਾ ਕੇ ਪਾ ਲੂੰਗਾ, ਦੋ ਪਾ ਲੂੰਗਾ ਜੀ, ਬਿਲਕੁਲ, ਸਾਰਾ ਮੈਚ ਨਹੀਂ ਪਾਣੀ ਲਾ ਕੇ ਮੈਂ ਪਾ ਸਕਦਾ, ਜੇ ਮੇਰੇ ਲੱਤਾਂ ਹੀ ਨਾ ਮੈਨੂੰ ਆਸਰਾ ਕਰਨਗੀਆਂ, ਮੈਨੂੰ ਭਾਵੇਂ ਤੇਲ ਨਾ ਭਿਉਂਗੇ ਘਲਾ ਦੋ, ਬਿਲਕੁਲ ਤੁਹਾਡੀ ਸਹੀ, ਮੇਰਾ ਸਰੀਰ ਹੀ ਨਾ ਕੰਮ ਕਰੇ, ਜਿਸਮ ਹੀ ਨਾ ਮੇਰਾ ਸਾਥ ਦੇਵੇ, ਮੈਨੂੰ ਜੋ ਕੁਛ ਮਰਜ਼ੀ ਲਾ ਕੇ ਭੇਜ ਦਿਓ। ਕਮ ਸੇ ਕਮ ਬੰਦੇ ਦੇ ਇੰਨੀ ਕੁ ਮਿਹਨਤ ਹੋਣੀ ਚਾਹੀਦੀ ਹੈ ਕਿ ਬੰਦਾ ਕਬੱਡੀ ਵੀ ਪਾ ਲਵੇ, ਬਾਮ ਦਾ ਵੀ ਸਹਾਰਾ ਮਿਲਦਾ ਵਾ ਬੰਦੇ ਨੂੰ, ਲੇਕਿਨ ਪੂਰੀ ਲਾਈਵ ਵਾਸਤੇ ਨਹੀਂ ਮਿਲਦਾ ਕਬੱਡੀ ਦੀ, ਕੁਛ ਇੱਕ ਮੈਚ 'ਚ ਕਹਿ ਲਓ, ਦੋਵਾਂ 'ਚ ਕਹਿ ਲਓ ਮਿਲ ਜੂਗਾ, ਜਾਂ ਇੱਕ ਕਬੱਡੀ ਦੇ ਕਬੱਡੀ 'ਚ ਕਹਿ ਲਓ, ਦੋਵਾਂ 'ਤੇ ਕਹਿ ਲਓ, ਅਤੇ ਮੇਰੇ ਖਿਆਲ ਨਹੀਂ ਲਾਉਣੀ ਚਾਹੀਦੀ। ਬਿਲਕੁਲ ਸਹੀ ਗੱਲ ਹੈ ਜੀ, ਕਿਤੇ ਨਾ ਕਿਤੇ ਰੂਲ ਸੈੱਟ ਹੋ ਰਹੇ ਨੇ ਐਤਕੀ, ਜਿਹੜਾ ਫੈਡਰੇਸ਼ਨਲ ਰੂਲ ਬਣਾਏ ਆ ਕੈਨੇਡਾ ਵੈਨਕੂਵਰ ਦੇ ਵਿੱਚ ਵੀ, ਟੋਰਾਂਟੋ ਜਿਵੇਂ ਚੈੱਕ ਕਰਦੇ ਆ ਜੀ ਸਾਰੇ, ਤੁਸੀਂ ਵੀ ਖੇਡ ਰਹੇ ਹੋ, ਬਹੁਤ ਚੈੱਕ ਹੋ ਰਹੇ, ਸਖਤਾਈ ਆ, ਔਰ ਇਸੇ ਤਰ੍ਹਾਂ ਫੈਡਰੇਸ਼ਨਾਂ ਨੂੰ ਅਪੀਲ ਆ, ਸਖਤਾਈ ਹੋਣੀ ਚਾਹੀਦੀ ਇਹਨਾਂ ਚੀਜ਼ਾਂ 'ਤੇ, ਤਾਂ ਕਿ ਕਬੱਡੀ ਨੂੰ ਆਪਾਂ ਕਿਤੇ ਨਾ ਕਿਤੇ ਉੱਪਰ ਵਧੀਆ ਕਲੀਨ ਨੀਟ ਗੇਮ ਬਣਾ ਸਕੀਏ। ਲਾਲਾ ਜੀ, ਜਿਹੜੀ ਪਾਕਿਸਤਾਨ ਦੀ ਫੈਡਰੇਸ਼ਨ ਹੈ, ਤੁਸੀਂ ਫੈਡਰੇਸ਼ਨ ਦੀ ਗੱਲ ਕੀਤੀ ਆ, ਫੈਡਰੇਸ਼ਨ ਉੱਥੇ ਇੱਕੋ ਹੀ ਆ? ਹਾਂਜੀ, ਬਹੁਤੇ ਲੋਕਾਂ ਨੂੰ ਪਤਾ ਨਹੀਂ, ਉੱਥੇ ਦੋ ਫੈਡਰੇਸ਼ਨਾਂ ਵੀ ਬਣਾਈਆਂ ਹੋਈਆਂ ਪਾਕਿਸਤਾਨ ਦੇ ਵਿੱਚ, ਬਾਹਰਲੇ ਲੋਕਾਂ ਨੂੰ ਕਹਿੰਦੇ ਹੁੰਦੇ ਸਾਡੀ ਵੀ ਫੈਡਰੇਸ਼ਨ ਆ, ਜਿਹੜੀ ਅਸਲੀ ਫੈਡਰੇਸ਼ਨ ਆ ਗਵਰਨਮੈਂਟ ਦੇ ਥਰੂ ਚੱਲਦੀ, ਉਹਨਾਂ ਦੇ ਥਰੂ ਤੁਸੀਂ ਮੈਚ ਖੇਡਦੇ ਹੋ। ਆਸਟ੍ਰੇਲੀਆ ਦੇ ਵਿੱਚ ਤੁਸੀਂ ਮੈਚ ਖੇਡਣ ਆਏ ਸੀਗੇ ਪਿਛਲੇ ਅਪ੍ਰੈਲ ਦੇ ਵਿੱਚ, ਦਿਸ ਏਸੀ 2018 'ਚ, ਤੁਹਾਡੀ ਟੀਮ ਆਈ ਸੀ, ਮੇਰੇ ਕੋਲ 7 ਪਲੇਅਰ ਸੀਗੇ, ਤੁਸੀਂ ਜ਼ਿਆਦਾ, ਮੇਰੇ ਕੋਲ 5 ਪਲੇਅਰ ਸੀਗੇ, ਤੁਸੀਂ ਆਸਟ੍ਰੇਲੀਆ ਦੀ ਟੀਮ ਨੂੰ ਉੱਥੇ ਹਰਾਇਆ ਅੱਧੇ ਨੰਬਰ 'ਤੇ, ਬੜੀ ਜ਼ਬਰਦਸਤ ਉਹ ਟੀਮ ਬਣਾਈ ਹੋਈ ਸੀ ਆਸਟ੍ਰੇਲੀਆ ਦੀ, ਉਹ ਮੈਚ ਦੇ ਉੱਤੇ ਤੁਸੀਂ ਦੂਸਰਾ ਮੈਚ ਹਾਰ ਗਏ ਸੀਗੇ, ਤੇ ਬੜੀ ਕੰਟਰੋਵਰਸੀ ਬਣੀ ਪਾਕਿਸਤਾਨ ਦੇ ਵਿੱਚ, ਜੇ ਤੁਸੀਂ ਵਾਪਸ ਗਏ, ਬੜੀ ਕੰਟਰੋਵਰਸੀ ਬਣੀ ਆ ਜੀ ਉੱਥੇ, ਬੜਾ ਲਾਲਾ ਲਾਲਾ ਹੋਇਆ, ਰੈਲੀਆਂ ਕੱਢੀਆਂ ਗਈਆਂ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕੀ ਗੱਲ ਹੋ ਗਈ ਸੀ, ਤੁਸੀਂ ਤਾਂ ਅਸਲੀ ਫੈਡਰੇਸ਼ਨ ਦੇ ਥਰੂ ਆਏ ਸੀਗੇ। ਸਾਡੇ ਭਾਈ ਪਾਕਿਸਤਾਨ 'ਚ ਜਦੋਂ ਦੀ ਮੈਂ ਕਬੱਡੀ ਸ਼ੁਰੂ ਕੀਤੀ ਆ ਜਾਂ ਮੈਂ ਇਸ ਤੋਂ ਹੋ ਸੰਭਾਲੀ ਆ, ਅਸੀਂ ਤਾਂ ਇੱਕ ਹੀ ਫੈਡਰੇਸ਼ਨ ਦੇਖ ਰਹੇ ਹਾਂ, ਨਾ ਦੋ ਫੈਡਰੇਸ਼ਨ ਹੈ ਹੀ ਨੇ ਜੀ। ਕਲੱਬ ਜ਼ਰੂਰ ਨੇ ਉੱਥੇ, ਅਕੈਡਮੀਆਂ ਬਣਾਈਆਂ ਨੇ, ਮੇਰਾ ਆਪਣਾ ਜ਼ਾਤੀ ਕਲੱਬ ਆ, ਪਹਿਲੇ ਅਸੀਂ ਚਲਾਉਂਦੇ ਸੀ ਲਾਲਾ ਕਬੱਡੀ ਕਲੱਬ, ਫਿਰ ਇੱਕ ਪਲੇਅਰ ਸੀ ਸਾਡਾ, ਉਹਦਾ ਐਕਸੀਡੈਂਟ ਡੈਥ ਹੋ ਗਈ, ਤਜੰਬਲ ਬਾਜਵਾ, ਬੜਾ ਅੱਛਾ ਰੇਡਰ ਆਪਣਾ ਸਟਾਪਰ ਸੀਗਾ, ਫਿਰ ਅਸੀਂ ਉਹਦੇ ਨਾਮ ਤੋਂ ਕਲੱਬ ਚੇਂਜ ਕਰਤਾ ਆਪਣਾ, ਤਜੰਬਲ ਬਾਜਵਾ ਅਮੂਰੀ ਆਪਣਾ ਕਲੱਬ ਕਰ ਦਿੱਤਾ, ਅਤੇ ਇੱਦਾਂ ਹੀ ਆਪਣਾ ਕਾਫੀ ਤਕਰੀਬਨ 12-14 ਕਲੱਬ ਬਣੇ ਨੇ ਸਾਡੇ ਫੈਸ ਕਲੱਬ ਆ ਚ ਨਾ, ਅਤੇ ਲੇਕਿਨ ਅਸੀਂ ਪਾਕਿਸਤਾਨ ਫੈਡਰੇਸ਼ਨ ਜਿਹੜੀ ਸਾਡੀ, ਅਸੀਂ ਜਿੰਨੇ ਵੀ ਸਾਡੇ ਪਾਕਿਸਤਾਨ ਦੇ ਪਲੇਅਰ ਨੇ ਉਹ ਆਲਰੇਡੀ ਜੋਬਾਂ ਕਰਦੇ ਨੇ, ਕੋਈ ਏਅਰਫੋਰਸ 'ਚ ਹੈ, ਕੋਈ ਆਰਮੀ 'ਚ ਹੈ,
ਕੋਈ ਬਿਜਲੀ ਆਪਣਾ ਵਾਪਡਾ 'ਚ ਹੈ, ਕੋਈ ਰੇਲਵੇ 'ਚ ਹੈ, ਕੋਈ ਪੁਲਿਸ 'ਚ ਜੋਬ ਕਰਦਾ, ਉਹ ਅਸੀਂ ਜਿੰਨੇ ਵੀ ਪਲੇਅਰ ਹਾਂ ਅਸੀਂ ਇੱਕ ਗੌਰਮੈਂਟ ਦੇ ਅਦਾਰੇ 'ਚ ਅੰਡਰ ਹਾਂ ਅਸੀਂ। ਅਸੀਂ ਨਾ ਤਾਂ ਓਪਨ ਫੈਡਰੇਸ਼ਨ ਦੇ ਖੇਡ ਹੀ ਸਕਦੇ ਹਾਂ ਕਿਸੇ ਵੱਲੋਂ, ਅਤੇ ਨਾ ਅਸੀਂ ਕਿਸੇ ਓਪਨ ਫੈਡਰੇਸ਼ਨ ਦੇ ਅੰਡਰ ਹੀ ਆ ਸਕਦੇ। ਅਤੇ ਸਾਡੇ ਆਪਣੇ ਗੌਰਮੈਂਟ ਦੀ ਫੈਡਰੇਸ਼ਨ ਅਸੀਂ ਉਹਦੇ ਨਾਲ ਚੱਲਦੇ ਹਾਂ। ਅਸੀਂ ਅੰਦਰ ਬਾਹਰ ਵੀ ਆਉਣਾ ਹੋਵੇ ਛੁੱਟੀ ਲੈ ਕੇ ਐਨ ਓ ਸੀ ਲੈ ਕੇ ਫਿਰ ਆਈਦਾ, ਕਿਉਂਕਿ ਸਾਡੀ ਗੌਰਮੈਂਟ ਨੇ ਇੱਕ ਕੋਟਾ ਬਣਾਇਆ ਸਪੋਰਟਸ ਦਾ। ਚਲੋ ਸਾਡੀ ਗੌਰਮੈਂਟ ਦਾ ਮਿਹਰਬਾਨੀ ਉਹਨਾਂ ਨੇ ਕਿ ਚਲੋ ਇੰਨੀ ਕੁ ਸਪੋਰਟਸਮੈਨਾਂ ਨੂੰ ਸਹੂਲਤ ਦਿੱਤੀ ਹੈ। ਅਤੇ ਉਹਦੇ ਥਰੂ ਤੁਸੀਂ ਹਾਂਜੀ ਕੀ ਮਸਲਾ ਬਣ ਗਿਆ ਸੀ, ਬੜੀਆਂ ਰੈਲੀਆਂ ਕੱਢੀਆਂ ਗਈਆਂ ਪਾਕਿਸਤਾਨ ਦੇ ਵਿੱਚ, ਜਿਹੜੀ ਇੱਕ ਹੋਰ ਫੈਡਰੇਸ਼ਨ ਆਪਣੇ ਆਪ ਨੂੰ ਕਹਿੰਦੇ ਅਸੀਂ ਫੈਡਰੇਸ਼ਨ ਹੈ, ਉਹ ਕੀ ਮਸਲਾ ਸੀ ਤੁਹਾਡੇ ਅਗੇਂਸਟ, ਕਿਉਂ ਇਹ ਕੀਤਾ ਗਿਆ, ਤੁਸੀਂ ਟੀਮ ਲੈ ਕੇ ਆਏ, ਫੈਡਰੇਸ਼ਨ ਤੁਹਾਡੀ ਟੀਮ ਲੈ ਕੇ ਆਈ ਸੀ? ਹਾਂਜੀ ਬਿਲਕੁਲ, ਅਸੀਂ ਜਦੋਂ ਕਿਉਂ ਪੋਲੀਟਿਕਸ ਆ ਕਬੱਡੀ 'ਚ, ਉੱਥੇ ਉੱਥੇ ਨਾ ਦੋ ਗਰੁੱਪ ਬਣੇ ਨੇ ਕਬੱਡੀ ਦੇ ਜੀ, ਇੱਕ ਫੈਡਰੇਸ਼ਨ ਦਾ ਗਰੁੱਪ ਹੈ ਅਤੇ ਇੱਕ ਗੁਲਾਮ ਬਾਸ ਭੱਟ ਦਾ ਗਰੁੱਪ ਹੈ। ਕੁਛ ਲੜਕੇ ਉੱਧਰੋਂ ਖੇਡੀ ਜਾਂਦੇ ਆ, ਕੁਛ ਉੱਧਰੋਂ ਖੇਡੀ ਜਾਂਦੇ ਆ, ਇਸ ਕਰਕੇ ਥੋੜ੍ਹਾ ਜਿਹਾ ਆਸਟ੍ਰੇਲੀਆ ਦੋ ਕੱਪ ਹੋਏ ਸੀਗੇ, ਇੱਕ 8 ਤਰੀਕ ਨੂੰ ਹੋਇਆ ਸੀਗਾ, ਇੱਕ 22 ਨੂੰ ਹੋਇਆ ਸੀ। 8 ਦੀ ਟੀਮ ਆਈ ਸੀ ਗੁਲਾਮ ਬਾਸ ਭੱਟ ਦੀ, ਅਤੇ ਉਹਦੇ 'ਚ ਕੁਛ ਪਲੇਅਰਾਂ ਦੇ ਵੀਜ਼ੇ ਲੱਗੇ ਸੀਗੇ, ਅਤੇ ਉਹਦਾ ਕਰਕੇ ਥੋੜ੍ਹਾ ਜਿਹਾ ਰੌਲਾ ਬਣਿਆ ਸੀਗਾ, ਪਲੇਅਰ ਨਾ ਆਏ, 3-4 ਉਹਨਾਂ ਨੂੰ ਐਨ ਓ ਸੀ ਨਾ ਮਿਲੀ, ਇਸ ਕਰਕੇ ਨਹੀਂ ਉਹ ਆ ਸਕੇ। ਤਾਂ ਫਿਰ ਫੈਡਰੇਸ਼ਨ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਯਾਰ ਚਲੋ ਉੱਧਰ ਨਹੀਂ ਜਾ ਸਕੇ, ਅਸੀਂ ਤੁਹਾਡੇ ਐਨ ਓ ਸੀ ਲੈ ਲੈਂਦੇ, ਵੀਜ਼ੇ ਤੁਹਾਡੇ ਲੱਗੇ, ਚਲੋ ਅਸੀਂ ਤੁਹਾਨੂੰ ਟੀਮ ਦੇ ਨਾਲ ਲੈ ਜਾਂਦੇ, ਕਿਉਂਕਿ ਅਸੀਂ ਲਾਹੌਰ ਕੈਂਪ ਲੱਗਾ ਸੀ ਸਾਡਾ ਚੁੰਗੀ ਅੰਮ੍ਰਿਤਸਰ ਤੋਂ, ਆਲਰੇਡੀ ਅਸੀਂ ਉੱਥੇ ਟ੍ਰੇਨਿੰਗ ਕਰ ਰਹੇ ਸੀ, ਉਹ ਪਲੇਅਰ ਜਿਹਨਾਂ ਦੇ ਵੀਜ਼ੇ ਲੱਗੇ ਸੀ ਉਹ ਵੀ ਉੱਥੇ ਆਣ ਕੇ ਰਹਿੰਦੇ ਸੀ। ਫਿਰ ਜਿੱਦਣ ਅਸੀਂ ਆਉਣਾ ਸੀਗਾ ਰਾਤ ਨੂੰ, ਉਹ ਸਾਰਿਆਂ ਨੇ ਟਿਕਟਾਂ ਕਰਵਾਈਆਂ, ਉਹਨਾਂ ਕਿਹਾ ਜੀ ਇਹਨਾਂ ਦੇ ਅਤੇ ਵੀਜ਼ਾ ਹੀ ਕੈਂਸਲ ਹੋ ਗਏ, ਇਸ ਕਰਕੇ ਫਿਰ ਉਹ ਪਲੇਅਰ ਨਹੀਂ ਆ, ਉਹਨਾਂ ਦਾ ਇਸ਼ੂ ਬਣਿਆ ਸੀਗਾ ਕਿ ਕਿਉਂ ਇਸ ਤਰ੍ਹਾਂ ਹੋਇਆ ਹੋਵੇ, ਇਸ ਕਰਕੇ ਫਿਰ ਰੇਲੀਆਂ ਰੂਲੀਆਂ ਨਿਕਲੀਆਂ ਸੀ। ਜਦੋਂ ਪਲੇਅਰ ਫੈਡਰੇਸ਼ਨ ਤੋਂ ਬਗੈਰ ਕਿਸੇ ਹੋਰ ਦੇ ਨਾਲ ਆਉਂਦਾ, ਐਨ ਓ ਸੀ ਨਹੀਂ ਮਿਲਦੀ, ਹਾਂਜੀ ਤੁਹਾਡੀ ਗੌਰਮੈਂਟ ਜਾਂ ਮਹਿਕਮਾ ਉਹਦੇ ਅਗੇਂਸਟ ਐਕਸ਼ਨ ਲਿਆ ਜਾਂਦਾ? ਬਿਲਕੁਲ ਲਿਆ ਜਾਂਦਾ ਜੀ। ਮੈਂ 2014 'ਚ ਲੀਗ ਸ਼ੁਰੂ ਹੋਈ ਸੀ, ਵਰਲਡ ਕਬੱਡੀ ਲੀਗ ਸ਼ੁਰੂ ਹੋਈ ਸੀ ਇੰਗਲੈਂਡ ਤੋਂ, ਅਤੇ ਇੰਡੀਆ ਦਾ ਫਾਈਨਲ ਹੋਇਆ ਸੀ, ਅਤੇ ਮੇਰੇ ਕੋਲ ਵੀ ਨਹੀਂ ਸੀ ਉਦੋਂ ਐਨ ਓ ਸੀ ਹੈ। ਮੈਂ ਤਕਰੀਬਨ 2 ਮੈਚ ਇੰਗਲੈਂਡ ਖੇਡੇ ਸੀ, ਉਹਦੇ 'ਚ ਮੇਰੇ ਕੋਚ ਦੀ ਥੋੜ੍ਹੀ ਜਿਹੀ ਕਹਿ ਲਓ ਕਿ ਢਿੱਲ ਹੈ, ਉਹ ਕੋਈ ਲਾਗਤ ਬਾਜ਼ੀ ਤਾਂ ਨਹੀਂ ਸੀ ਮੇਰੀ ਉਹਨਾਂ ਕੋਚ ਨੂੰ, ਲਾਪਰਵਾਹੀ ਕਹਿ ਲਓ ਉਹਨਾਂ ਨੂੰ। ਮੈਂ ਜਿਹੜੀ ਜੋ ਮੈਨੂੰ ਲੈਟਰ ਸ਼ੈਟਰ ਆਏ ਸੀ ਮੈਂ ਸਾਰੇ ਉਹਨਾਂ ਨੂੰ ਦਿੱਤੇ ਜੀ, ਮੈਂ ਜੀ ਮੇਰੀ ਨਾ ਐਨ ਓ ਸੀ ਕਰਵਾ ਦਿਓ ਤੁਸੀਂ। ਕੋਈ ਵੀ ਸਪੋਰਟਸਮੈਨ ਆ ਉਹ ਜਾ ਕੇ ਖੁਦ ਆਪਣੇ ਅਫਸਰਾਂ ਦੇ ਪੇਸ਼ ਨਹੀਂ ਹੋ ਸਕਦਾ, ਅੱਗੇ ਕੋਚ ਹੁੰਦਾ ਮੈਨੇਜਰ ਹੁੰਦਾ, ਫਿਰ ਉਹਨਾਂ ਨੇ ਗੱਲਬਾਤ ਕਰਨੀ ਹੁੰਦੀ, ਉਹਨਾਂ ਦੇ ਜਾਂ ਜ਼ਿਹਨ 'ਚੋਂ ਨਿਕਲ ਗਿਆ ਜਾਂ ਕਿੱਦਾਂ ਵੀ ਉਹਨਾਂ ਕੋਲ ਨਾ ਐਨ ਓ ਸੀ ਕਰਵਾਈ ਗਈ, ਮੈਂ ਖੇਡਣ ਵਾਸਤੇ ਆ ਗਿਆ। ਇੰਡੀਆ ਮੈਂ ਖੇਡਣ ਚੱਲਾ ਸੀਗਾ ਅਤੇ ਫਿਰ ਮੈਂ ਵਾਹਗਾ ਬਾਰਡਰ ਤੋਂ ਨਹੀਂ ਮੈਨੂੰ ਉਹਨਾਂ ਜਾਣ ਦਿੱਤਾ, ਤਕਰੀਬਨ ਮੈਂ ਵੀ ਉਦੋਂ 15-16 ਦਿਨ ਸੈੱਲ 'ਚ ਰਿਹਾ ਹਾਂ। ਅੱਛਾ, ਤੁਹਾਨੂੰ ਜੇਲ੍ਹ ਹੋ ਗਈ? ਹਾਂਜੀ, ਕਿਉਂਕਿ ਤੁਹਾਡੇ ਕੋਲ ਐਨ ਓ ਸੀ ਨਹੀਂ ਸੀ। ਬਿਲਕੁਲ ਨਹੀਂ ਸੀ ਹੈ, ਉਹਦੇ 'ਚ ਮੇਰੀ ਵੀ ਥੋੜ੍ਹੀ ਜਿਹੀ ਗਲਤੀ ਹੈ ਅਤੇ ਕੋਈ ਸਾਹਿਬ ਦੀ ਵੀ ਗਲਤੀ ਹੈ ਕਿ ਉਹਨਾਂ ਨੇ ਇੱਕ ਤਾਂ ਮੈਨੂੰ ਕਹਿੰਦੇ ਸੀ ਚੱਲ ਜਾ ਤੂੰ, ਕੋਈ ਗੱਲ ਨਹੀਂ, ਉਹਨੂੰ ਕੋਈ ਸਾਹਿਬ ਸਾਡੇ ਉਹ ਵੀ ਰਿਟਾਇਰ ਹੋ ਗਏ ਨੌਕਰੀ ਤੋਂ। ਸੋ ਪਾਕਿਸਤਾਨ ਦੇ ਵਿੱਚ ਬੜਾ ਸਟ੍ਰਿਕਟ ਹੈਗਾ ਰੂਲ, ਕਿਉਂਕਿ ਜਦੋਂ ਤੁਸੀਂ ਗਵਰਨਮੈਂਟ ਦੇ ਅਧੀਨ ਜਿਹੜੀ ਤੁਹਾਡੀ ਫੈਡਰੇਸ਼ਨ ਹੈ, ਰੂਲ ਰੈਗੂਲੇਸ਼ਨ ਬੜੇ ਸਟ੍ਰਿਕਟ ਆ, ਜੇ ਤੁਸੀਂ ਐਨ ਓ ਸੀ ਲੈਣ ਤੋਂ ਬਗੈਰ ਕਿਸੇ ਵੀ ਮਹਿਕਮੇ ਤੋਂ ਤੁਸੀਂ ਫਲਾਈ ਕਰਦੇ ਹੋ, ਆਊਟ ਆਫ ਕੰਟਰੀ ਜਾਂ ਜਾਂਦੇ ਹੋ, ਬਾਰਡਰ ਕ੍ਰੋਸ ਕਰਦੇ ਹੋ, ਤੁਹਾਨੂੰ ਜੇਲ੍ਹ ਆ। ਜਿਵੇਂ ਕਿ ਰਾਣਾ ਅਲੀ ਸ਼ਾਨ, ਰਾਣੇ ਅਲੀ ਸ਼ਾਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਿਛਲੇ ਸਾਲ ਉਹ ਕੈਨੇਡਾ ਦੇ ਵਿੱਚ ਵਿਦਆਊਟ ਐਨ ਓ ਸੀ ਆਇਆ ਸੀ, ਹਾਂਜੀ, ਅੱਜ ਕੱਲ੍ਹ ਉਹ ਜੇਲ੍ਹ 'ਚ ਆ।
ਨਹੀਂ ਜੇਲ੍ਹ 'ਚ ਤਾਂ ਬਾਹਰ ਆ ਗਿਆ ਜੀ, ਵੈਸੇ ਉਹ ਆਪਣੇ ਯੂਨਿਟ 'ਚ ਹਦੂਦ 'ਚ ਰਹਿ ਰਿਹਾ, ਇੰਨਾ ਕੁ ਮੈਨੂੰ ਪਤਾ ਲੱਗਾ ਜੀ, ਇਹ ਨਹੀਂ ਮੈਨੂੰ ਕਨਫਰਮ ਹੈ ਕਿ ਉਹ ਜੇਲ੍ਹ ਹੋ ਗਿਆ ਉਹਨਾਂ ਨੂੰ ਜੇਲ੍ਹ 'ਚ ਜੇਲ੍ਹ ਹੋਈ ਨੂੰ ਤਕਰੀਬਨ ਜਦੋਂ ਦਾ ਇੱਥੋਂ ਗਿਆ ਕੈਨੇਡਾ ਤੋਂ ਪਿਛਲੇ ਸਾਲ 10 ਮਹੀਨੇ ਹੋ ਗਏ ਗਲਬਨ, ਤੇ ਉਹਦੇ 'ਚ ਜੇਲ੍ਹ 'ਚ ਆ, ਪਰ ਕਾਰਨ ਉਹਦਾ ਜੇਲ੍ਹ 'ਚ ਜਾਣ ਦਾ ਕੀ ਸੀਗਾ? ਆਰਮੀ 'ਚ ਜੌਬ ਕਰਦਾ ਸੀ ਉਹ, ਕੀ ਕਾਰਨ ਹੈ ਉਹਨਾਂ ਦਾ ਜੇਲ੍ਹ? ਆਰਮੀ ਦੇ ਆਪਣਾ ਥੋੜ੍ਹਾ ਕਲੀਅਰ ਕਰੋ ਤੁਹਾਡੇ ਦਰਸ਼ਕਾਂ ਨੂੰ, ਕਾਰਨ ਉਹਦਾ ਇਹੀ ਹੈ ਕਿ ਐਨ ਓ ਸੀ ਨਹੀਂ ਲੈ ਕੇ ਆਇਆ, ਫਿਰ ਉਹਨੂੰ ਬੰਦੇ ਜਿਹੜੇ ਉਹਦੇ ਨਾਲ ਲੱਗੇ ਸੀਗੇ ਉਹਨਾਂ ਦਾ ਕੋਈ ਆਪਣੇ ਮਹਿਕਮੇ ਦਾ ਕੋਈ ਮਸਲਾ ਹੋਏਗਾ, ਅਤੇ ਇਹ ਜਦੋਂ ਅਸੀਂ ਬਾਹਰ ਆਉਂਦੇ ਹਾਂ ਸਾਡੇ ਪਾਸਪੋਰਟ ਜਮ੍ਹਾਂ ਹੁੰਦੇ ਆ, ਇਹਦਾ ਵੀ ਪਾਸਪੋਰਟ ਜਮ੍ਹਾਂ ਸੀਗਾ ਮੇਜਰ ਸਾਹਿਬ ਕੋਲ, ਉਹਨਾਂ ਪਾਸਪੋਰਟ ਨਹੀਂ ਦਿੱਤਾ ਇਹਦਾ, ਉਹਨਾਂ ਨੇ ਕਿਤੇ ਦੀ ਮੂੰਹ ਮਾਰੀ।